ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਡਾ. ਰਾਜ ਕੁਮਾਰ ਦੇ ਗ੍ਰਹਿ ਵਿਖੇ ਪਹੁੰਚਣ ਤੇ ਡਾ. ਵੇਰਕਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਈ ਮੁੱਦਿਆਂ ਉੱਪਰ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਡੈਣੀ, ਵਿਧਾਇਕ ਤਰਸੇਮ ਸਿੰਘ, ਡੀਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸੰਸਦ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ ਲਾਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਮੌਜੂਦ ਸਨ। ਉਹਨਾਂ ਨੇ 85th ਅਮੈਂਡਮੈਂਟ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਪਹਿਲਾ ਸੂਬਾ ਪੰਜਾਬ ਅੱਜ ਬਣ ਗਿਆ ਜਿਸਨੇ ਸ਼ਡਿਊਲ ਕਾ ਸਭ ਪਲੈਨ ਦਾ ਪੈਸਾ, ਬਈ ਪੂਰੇ ਹਿੰਦੁਸਤਾਨ ਦੀ ਕੰਟਰੀ ਹੈ ਜਿੱਥੇ ਸ਼ਡਿਊਲ ਕਾ ਸਭ ਪਲੈਨ ਦਾ ਜਿਹੜਾ ਫੰਡ ਐਲੋਕੇਸ਼ਨ ਹੁੰਦਾ ਸੀ ਉਹਨੂੰ ਦੂਜੇ ਕੰਮਾਂ ਦੇ ਵਿੱਚ ਯੂਜ਼ ਕਰ ਲੈਂਦੇ ਸੀ, ਵਰਤ ਲੈਂਦੇ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਕਿ ਇਹਦੇ ਵਾਸਤੇ ਕਾਨੂੰਨ ਬਣੇਗਾ ਵਿਧਾਨ ਸਭਾ ਦੇ ਵਿੱਚ। ਇੱਥੇ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਹੁਣ ਲਾਗੂ ਹੋ ਰਿਹਾ ਔਰ ਅਸੀਂ ਸਾਰਾ ਸਮਾਜ, ਅਸੀਂ ਸਾਰੇ MLA ਸਾਹਿਬਾਨ, ਸਾਡੇ ਸਾਰੇ ਸਾਥੀ, ਅਸੀਂ ਪੂਰੀ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੂੰ ਪੂਰੇ ਸਮਾਜ ਵੱਲੋਂ ਅਸੀਂ ਅੱਜ ਸਨਮਾਨਿਤ ਕਰਦੇ ਹਾਂ। ਧੰਨਵਾਦ, ਬਹੁਤ ਮਿਹਰਬਾਨੀ। ਬੋਲੇ ਸੋ ਰਿਹਾ ਸੀ ਅਕਾਲ।